पहले रुक जा। ओ देखा लगा जी देखा लगा पैरेट चल ये कपड़े पावे जप तो करी जानी लाला पुत मैं मम्मा जी बनाऊंगा हां जी सत श्री अकाल लाला बहुत ही हाल चाल ठीक ठाक उम्मीद करते हैं तुम सारे जने ठीक होवोगे स्वागत है जी ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਪਲਾਂਟ ਦੀ ਸਫਾਈ ਆ ਸਾਰਾ ਮਨੀ ਪਲਾਂਟ ਜਿਹੜਾ ਉਹ ਥੱਲੇ ਡਿੱਗਿਆ ਹੋਇਆ ਤੇ ਮੇਰੇ ਤੋਂ ਬਿਨਾਂ ਇਹਨੂੰ ਕੋਈ ਨਹੀਂ ਹੱਥ ਲਾਉਂਦਾ ਹੈਗਾ ਭਾਵੇਂ ਥੱਲੇ ਹੀ ਉਹ ਉੱਗ ਜਾਵੇ ਹਨਾ ਮੈਂ ਕਈ ਵਾਰੀ ਇਹਨਾਂ ਨੂੰ ਕਿਹਾ ਕਿ ਬੰਦੋ ਉੱਪਰ ਮੇਰਾ ਹੱਥ ਨਹੀਂ ਪਹੁੰਚਦਾ ਉੱਪਰ ਉੱਪਰ ਬੰਨਣਾ ਪੈਣਾ ਆ ਤੇ ਕੋਈ ਨਹੀਂ ਉਹ ਕਰਦਾ ਤੇ ਮੈਂ ਸੋਚਿਆ ਚਲੋ ਮੈਂ ਲੱਗਦੀ ਆ ਤੇ ਮੇਰੇ ਨਾਲ ਤਾਂ ਇਹ ਲੱਗਣ ਗਈ ਜੀ ਹੁਣ ਤੁਸੀਂ ਇਹ ਬੰਨ ਦਿਓ ਅੱਜ ਸਾਰਾ ਦੇਖੋ ਕਿੰਨਾ ਫੁੱਟਿਆ ਹੋਇਆ ਹੈ ਨਾ ਹੁਣ ਮੌਸਮ ਫੁੱਟਣ ਵਾਲਾ ਚੱਪਲਾਂ ਦੋ ਚੱਪਲਾਂ ਤੇਰੀਆਂ ਉਹ ਇੱਕ ਪਈ ਆ ਪਿੰਗ ਮਗਰ ਅੰਦਰ ਦੇਖਿਆ ਜੱਪ ਅੰਦਰ ਹੋ ਗਈ ਇਹ ਸਾਰਾ ਹੀ ਲਾਤਾ ਤੂੰ ਇਹ ਸਾਰਾ ਹੀ ਹੈ ਨਾ ਸਾਰਾ ਲਿੱਥਿਆ ਹੋਇਆ ਮੈਂ ਨਹੀਂ ਲਾਇਆ ਸਾਰਾ ਲਿੱਥਿਆ ਹੋਇਆ ਇਹ ਉੱਪਰ ਇਦਾਂ ਬੰਨਣ ਵਾਲੀਆਂ ਆ ਤੁਸੀਂ ਹੁਣ ਬੰਨ ਦਿਓ ਹਨਾ ਹੈਗਾ ਕੋਈ ਬੰਨਣ ਵਾਲਾ ਸੇਬਾ ਸੁਬਾ ਦੇਖੋ ਬਸ ਲੱਗੀ ਹੋਈ ਆ ਇਹਦੇ ਨਾਲ ਹੀ ਭੇੜ ਦੇਣਾ ਆ ਦੇਖੋ ਜਰਾ ਕਿੱਦਾਂ ਬਚਾਰੀ ਆ ਸਾਰੀਆਂ ਥੱਲੇ ਆਈ ਥੱਲੇ ਹੀ ਨਾ ਚੜੀਆਂ ਆ ਦੇਖੋ ਹੋਈ ਕੁਰਸੀ ਲੈ ਕੇ ਆਈ ਵੀ ਦੇਖੋ ਕਿਉਂਕਿ ਹੁਣ ਬਰਸਾਤ ਦਾ ਮੌਸਮ ਆ ਤੇ ਹੁਣ ਜ਼ਿਆਦਾ ਫੁੱਟਦੇ ਆ ਨਾ ਬੁੱਟੇ ਉਹ ਇਸ ਲਈ ਹੁਣ ਇਹਨਾਂ ਦੇ ਵੀ ਰੋਤੇ ਆ ਫੁੱਟਣ ਦੀ ਹੁਣ ਜੇ ਤਾਂ ਨੂੰ ਬੰਨਾਂਗੇ ਤਾਂ ਤਾਂ ਨੂੰ ਜਾਊਗਾ ਆਹ ਕਿੱਡਾ ਵੱਡਾ ਹੋ ਗਿਆ ਨਾ ਬੁੱਟਾ ਵਾਲਾ ਹਾਂ ਬਹੁਤ ਸੋਹਣਾ ਬੁੱਟਾ ਜੱਪ ਤੂੰ ਕੀ ਕਰੀ ਜੰਨੀ ਆ ਤੁਸੀਂ ਕਰਦੇ ਨਾ ਫਿਰ ਮੈਂ ਜਦ ਤੱਕ ਆ ਕਰਦਾ ਮੈਂ ਤੂੰ ਕੁਰਸੀ ਲੈ ਕੇ ਆਈ ਜੱਪ ਤੂੰ ਵੀ ਮੰਮਾ ਨਾਲ ਲੱਗ ਜਾ ਦੋ ਹਾਂਜੀ ਕੋਈ ਨਹੀਂ ਫੱਟ ਕੇ ਮਰ ਜਾ ਕਿਸ਼ਨ ਜਾਏ ਕੀ ਕਰਾਂ ਕਿਸ਼ਨ ਜਾਏ ਤੂੰ ਜੇ ਕਰ ਦੋ ਦੋ ਫੇਰ ਕਰ ਓਏ ਨਾ ਨਹੀਂ ਭੈਣੇ ਕਰਦਨੀ ਸੀ ਕਰਦ ਨਹੀਂ ਤੂੰ ਹੱਥ ਤੇ ਲੱਗ ਜਾਣੀ ਤੇਰੇ ਕਰਦਾ ਮੰਮਾ ਦੇ ਕੀ ਕਰਦੀ ਐਦਾਂ ਫੇਰ ਤੂੰ ਕਰਿਆ ਕਰੀ ਉਹ ਦੇ ਲਾ ਕੀ ਕਰਦੀ ਮੰਮਾ ਆ ਜਿਹੜੇ ਸੁੱਕੇ ਸੁੱਕੇ ਜੇ ਇਹ ਕੱਢ ਦੇ ਇੱਕ ਕਰ ਦੋ ਵੱਡੀ ਲੈ ਲਾ ਉਹ ਤਿੱਖੀ ਆ ਨਹੀਂ ਆ ਤਿੱਖੀ ਆ ਉਹ ਤੱਕ ਹੀ ਪਈ ਆ ਨਹੀਂ ਲੈਣੀ ਤੇਰੇ ਹੱਥ ਤੇ ਲੱਗ ਨਹੀਂ ਆ ਆਪਾਂ ਹੋਰ ਲਿਆ ਕੇ ਲਾਈਏ ਇੱਧਰ ਦਾ ਬੂਟਾ ਵੀ ਕੱਟੀ ਆ ਸਾਰੇ ਕੱਟ ਦੇ ਨਹੀਂ ਗਮਲੇ ਹੋਰ ਰੱਖ ਲਈਏ ਹੋਰ ਉਧਰ ਰੱਖ ਦੇਣਾ ਮੋਰੇ ਮੋਰੇ ਉਧਰ ਉਧਰ ਸਾਰੇ ਰੱਖ ਦੇ ਜਾਵਾਂਗੇ ਭਾਈ ਆਂਦਾ ਹੁੰਦਾ ਮੈਂ ਕਿੰਨੀ ਨਹੀਂ ਹੁਣ ਕਿੰਨਾ ਟਾਈਮ ਹੋ ਗਿਆ ਵਾਵਾ ਕਰਨਾ ਹੀ ਮੜ ਜਾਂਦਾ ਮੈਂ ਸੋਚ ਕੱਟੇ ਨਹੀਂ ਮੈਂ ਤਾਂ ਆਊਗਾ ਨਾ ਉਹੀ ਤਾਂ ਪਟਾਵਾਂ ਵੀ ਵਧੀਆ ਹੋ ਕੇ ਕੱਟ ਕੇ ਜਾਂਦਾ ਹੁੰਦਾ ਛਤਰੀ ਜੀ ਬਣਾ ਜਾਂਦਾ ਨਾ ਬਹੁਤ ਸੋਹਣਾ ਕਰਕੇ ਜਾਂਦਾ ਆ ਆਪਾਂ ਵੀ ਭਾਈ ਚਮਾਇਆ ਮੈਂ ਸਾਰੇ ਖਰਾਬ ਖਰਾਬ ਦੇ ਲਾ ਦੂੰਗੀ ਮੈਂ ਤਾਂ ਪਿਆਣੇ ਦੇ ਚੁੱਪ ਦੇ ਨਾ ਇਹਨੇ ਦਾ ਚੁੱਪ ਦੇ ਮੰਮਾ ਹਾਂ ਨਹੀਂ ਲਾਉਣਾ ਵੱਡਾ ਯਾਰ ਨਹੀਂ ਇਹ ਨਹੀਂ ਉਹ ਭਾਈ ਕਰਕੇ ਜਾਊਗਾ ਨਾ ਸੈਟ ਅੱਗੇ ਮੈਂ ਕਰਦਾ ਸੀ ਨਾ ਇਹਨੂੰ ਤੇ ਵੱਡੀ ਕੈਂਚੀ ਨਾਲ ਕੱਟ ਕੇ ਜਾਊਗਾ ਇਹਦਾ ਬਹੁਤ ਸੋਹਣਾ ਫਲਾਵਰ ਜਿਹਾ ਬਣਾ ਦਿੰਦਾ ਹੁੰਦਾ ਆ ਵੀ ਲੱਗਦਾ ਹੈ ਉਹ ਉਧਰ ਨੂੰ ਆ ਜਾ ਕਰ ਬਾਪਾ ਉਧਰ ਕੰਡੇ ਜੇ ਚੁੱਭਦੇ ਹਨ ਉਹਦੇ ਪਲਾਂਟ ਜਿਹੜਾ ਇਹ ਟੁੱਟ ਗਿਆ ਸੀਗਾ ਹਨਾ ਇਹਦੇ ਵਿੱਚ ਅਸੀਂ ਪੁਦੀਨਾ ਵੀ ਲਾਇਆ ਹੋਇਆ ਆ ਪਰ ਭਾ ਵੀ ਦੇਖੋ ਕਿੰਨਾ ਚਲੋ ਲੋ ਜੀ ਆਪਾਂ ਬੁਲੀਆਂ ਵੀ ਕਰਦੀ ਆ ਸਫਾਈ ਤੇ ਹੁਣ ਆਪਾਂ ਜਿਹੜਾ ਛੋਟਾ ਜਿਹਾ ਕਰਕੇ
ਬਲੌਗ ਸਟਾਰਟ ਕਰ ਲਿਆ ਸੀਗਾ ਅਤੇ ਸ਼ਾਮ ਨੂੰ ਬੂਟਿਆਂ ਦਾ ਘਾਹ ਵਗੈਰਾ ਕੱਟਿਆ ਸੀ ਪਲਾਂਟਸ ਦਾ ਅਤੇ ਫਿਰ ਉਸ ਤੋਂ ਬਾਅਦ ਆਪਾਂ ਬਲੌਗ ਕੰਟੀਨਿਊ ਨਹੀਂ ਕੀਤਾ ਸੀਗਾ ਅਤੇ ਅੱਜ ਹੁਣ ਅਗਲਾ ਦਿਨ ਹੋ ਗਿਆ ਅਤੇ ਹੁਣ ਮੈਂ ਸੋਚੀ ਚਲੋ ਬਲੌਗ ਕੰਟੀਨਿਊ ਕਰ ਲੈਂਦੇ ਹਾਂ ਅਤੇ ਹੁਣ ਆਪਾਂ ਅੱਜ ਕਰ ਰਹੇ ਹਾਂ ਸਫਾਈਆਂ ਝਾੜੂ ਮੈਂ ਲਾ ਲਿਆ ਸੀ ਅਤੇ ਹੁਣ ਪੋਚਾ ਲਗਾ ਰਹੀ ਸੀਗੀ ਅਤੇ ਅੱਜ ਬਾਰਿਸ਼ ਹੋ ਰਹੀ ਹੈ ਸਵੇਰ ਦੀ ਅਤੇ ਬਸ ਮੈਂ ਮਤਲਬ ਸਫਾਈਆਂ ਕਰ ਲਈਆਂ ਵਾ ਬਾਹਰ ਵਿਹੜਿਆਂ 'ਚ ਵਿਹੜਾ ਧੋ ਦਿੱਤਾ ਸੀ ਇੱਧਰ ਨਾ ਵੈਸੇ ਅਤੇ ਇੱਧਰ ਤਾਂ ਮੈਂ ਹਜੇ ਗਈ ਨਹੀਂ ਕਿਉਂਕਿ ਮੀਂਹ ਫਿਰ ਆ ਗਿਆ ਸੀ ਮੈਂ ਵਿਹੜਾ ਧੋਂਦੀ ਸੀਗੀ ਨਾਲ ਹੀ ਮੀਂਹ ਆ ਗਿਆ ਫਿਰ ਇੱਥੋਂ ਤੋਂ ਮੈਂ ਤਾਂ ਕਰ ਦਿੰਦੀ ਚਲੋ ਸਾਰਾ ਕਿਉਂਕਿ ਫੇਰ ਖਾਣਾ ਪੈ ਜਾਂਦਾ ਉਹਨੇ ਅਤੇ ਉੱਧਰ ਆਪਾਂ ਕੱਪੜੇ ਮਸ਼ੀਨ 'ਚ ਪਾ ਦਿੱਤੇ ਸੀਗੇ ਕਿਉਂਕਿ ਬੱਚਿਆਂ ਦੀਆਂ ਯੂਨੀਫਾਰਮ ਵਗੈਰਾ ਹੁੰਦੀਆਂ ਵਾ ਅਤੇ ਫਿਰ ਧੋਣੀਆਂ ਪੈਂਦੀਆਂ ਵਾ ਉੱਧਰ ਭਾਵੇਂ ਅੱਜ ਲਾਈ ਧੋਂਦੇ ਕੁਆਲਿਟੀ 'ਚ ਫਿਰ ਉਹ ਕੱਪੜੇ ਪਾ ਲਏ ਕੱਪੜੇ ਮੈਂ ਸਫਾਈਆਂ ਕਰ ਲਈਆਂ ਸੀਗੀਆਂ ਅਤੇ ਜੀ ਹੁਣ ਆਪਾਂ ਮਿਕਸ ਦਾਲ ਬਣਾਵਾਂਗੇ ਮੈਂ ਸਾਰੀਆਂ ਦਾਲਾਂ ਲੈ ਲਈਆਂ ਇਹ ਛੋਲਿਆਂ ਦਲੇ ਛੋਲਿਆਂ ਦੀ ਮਾਹਾਂ ਦੀ ਦਾਲ ਅਤੇ ਆ ਥੋੜ੍ਹੇ ਜਿਹੇ ਰਾਜਮਾਂਹ ਮੂੰਗੀ ਦੀ ਅਤੇ ਮੋਠਾਂ ਦੀ ਸਾਰੀਆਂ ਦਾਲਾਂ ਲੈ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਧਰ ਦਾਂਗੇ ਬਹੁਤ ਟੇਸਟੀ ਬਣਦੀ ਜਿੱਦਾਂ ਲੰਗਰ ਦੀ ਦਾਲ ਹੁੰਦੀ ਆ ਇੱਦਾਂ ਦੀ ਬਣਦੀ ਆ ਹੁਣ ਚੰਗੀ ਤਰ੍ਹਾਂ ਧੋ ਕੇ ਫਿਰ ਧਰ ਦਾਂਗੇ ਇਹ ਹੁਣ ਦੁਪਹਿਰ ਦੇ ਖਾਣੇ ਦੀ ਤਿਆਰੀ ਕਰਦੀ ਹਾਂ ਮੈਂ ਭਾਂਡੇ ਅੱਜ ਮੇਰੇ ਹਜੇ ਧੋਣ ਵਾਲੇ ਪਏ ਆ ਕਿਉਂਕਿ ਮੈਂ ਹੋਰ ਕੰਮ ਕਰਨ ਲੱਗ ਗਈ ਸੀਗੀ ਪਹਿਲਾਂ ਸਵੇਰ ਤਾਂ ਮੀਂਹ ਆਉਂਦਾ ਸੀਗਾ ਮੈਨੂੰ ਲੇਟ ਲੱਗੀ ਥੋੜ੍ਹਾ ਜਿਹਾ ਕੰਮ ਕਰਨ ਪੋਚੇ ਪੁੱਚੇ ਲਾ ਕੇ ਅਤੇ ਥੋੜ੍ਹੀ ਜਿਹੀ ਰਸੋਈ ਚਾਹੀ ਸੀਗੀ ਨਾਲ ਹੀ ਦਾਲ ਧਰ ਦੂੰਗੀ ਨਾਲ ਹੀ ਮੈਂ ਰਸੋਈ ਸਾਫ਼ ਕਰ ਲੂੰਗੀ ਪਾਣੀ ਫਿਲਟਰ ਵਾਲਾ ਨਹੀਂ ਬਣਾਈ ਨਹੀਂ ਕੋਈ ਵੀ ਇੱਦਾਂ ਹੀ ਫਿਲਟਰ ਵਾਲਾ ਵੀ ਪਾ ਲੈਣੀ ਹੁੰਦੀ ਇਹ ਵੀ ਉਬਲੇ ਜਾਣਾ ਦਾਲ ਆਪਾਂ ਧਰਤੀ ਆ ਅਤੇ ਆਪਾਂ ਹੁਣ ਇਹਦੇ 'ਚ ਉਸ ਮਸ ਲੂਣ ਅਤੇ ਹਲਦੀ ਐਡ ਕਰ ਦੇਵਾਂਗੇ ਫਿਰ ਤੜਕਾ ਜਿਹੜਾ ਉਹ ਬਾਅਦ 'ਚੋਂ ਲਾਵਾਂਗੇ ਫਿਰ ਇੱਦਾਂ ਆਪਾਂ ਛਿਲਕੇ ਵਿੱਚ ਲਸਣ ਵੀ ਪਾ ਸਕਦੇ ਹਾਂ ਫਿਰ ਵੀ ਬਹੁਤ ਵਧੀਆ ਟੇਸਟ ਆਉਂਦਾ ਹਲਦੀ ਪਾ ਦਿੱਤੀ ਲੂਣ ਥੋੜ੍ਹਾ ਪਾ ਲਈ ਤੇ ਇੱਕ ਚਮਚਾ ਘਿਓ ਦਾ ਪਾ ਦਾਂਗੇ ਕਿ ਦਾਲ ਉਬਲੇ ਨਾ ਹਲਦੀ ਪਾਈ ਫਿਰ ਉਬਲਦੀ ਹੁੰਦੀ ਨਾ ਦਾਲ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਮੈਂ ਦੇਸੀ ਘਿਓ ਪਾਇਆ ਚਲੋ ਜੀ ਜਿੰਨਾ ਚਿਰ ਆਪਣੀ ਦਾਲ ਬਣਦੀ ਹੈ ਅਤੇ ਆਪਾਂ ਫਿਰ ਸਫਾਈ ਕਰ ਲਈਏ ਫਿਰ ਮਿਲਦੇ ਹਾਂ ਤੁਹਾਨੂੰ ਲਓ ਜੀ ਕੱਪੜੇ ਆਪਣੇ ਧੋ ਹੋ ਗਏ ਸੀਗੇ ਅਤੇ ਹੁਣ ਆਪਾਂ ਮਸ਼ੀਨ 'ਚੋਂ ਕੱਢ ਲੈਂਦੇ ਹਾਂ ਕੱਪੜੇ ਅਤੇ ਫਿਰ ਆਪਾਂ ਫੋਲਦੇ ਹਾਂ ਬਾਹਰ ਦੇਖਦੇ ਬਾਹਰ ਜੇ ਮੀਂਹ ਹਟ ਗਿਆ ਹੋਇਆ ਬਾਹਰ ਫੋਲਾਂਗੇ ਨਹੀਂ ਤਾਂ ਫਿਰ ਆਪਾਂ ਉੱਪਰ ਮੋਂਟੀ ਦੇ ਵਿੱਚ ਫੋਲ ਕੇ ਆਵਾਂਗੇ ਲਓ ਜੀ ਦਾਲ ਆਪਣੀ ਬਣ ਗਈ ਆ ਅਤੇ ਇੱਧਰ ਆਪਾਂ ਹੁਣ ਲਾ ਰਹੇ ਹਾਂ ਤੜਕਾ ਦਾਲ ਆਪਣੀ ਬਹੁਤ ਸੋਹਣੀ ਬਣੀ ਆ ਅਤੇ ਫਿਰ ਆਪਾਂ ਹੁਣ ਤੜਕਾ ਲਾ ਲਈਏ ਅਤੇ ਇਹਦੇ ਵਿੱਚ ਆਪਾਂ ਪਿਆਜ਼ ਪਾ ਦਿੱਤਾ ਸੀਗਾ ਅਤੇ ਹੁਣ ਆਪਾਂ ਲਸਣ ਮੈਂ ਅੱਜ ਛਿੱਲਿਆ ਨਹੀਂ ਸੀ ਹੁਣ ਮੈਂ ਪਾਇਆ ਨਹੀਂ ਅਤੇ ਇਹਦੇ ਵਿੱਚ ਅਦਰਕ ਹਰੀ ਮਿਰਚ ਅਤੇ ਟਮਾਟਰ ਗ੍ਰੈਂਡ ਕਰ ਲਿਆ ਅਤੇ ਨਾਲ ਪਾਵਾਂਗੇ ਕਸੂਰੀ ਮੇਥੀ ਫਿਰ ਬਹੁਤ ਵਧੀਆ ਟੇਸਟ ਆਉਂਦਾ ਆ ਇਹ ਸਾਰੇ ਮਸਾਲੇ ਪਾ ਕੇ ਆਪਾਂ ਤੜਕਾ ਲਾਵਾਂਗੇ ਅਤੇ ਨਾਲ ਦੀ ਨਾਲ ਆਪਾਂ ਇੱਧਰ ਬਣਾਵਾਂਗੇ ਰੋਟੀ ਮੇਰਾ ਤਵਾ ਵੀ ਖਰਾਬ ਹੋਇਆ ਤਵਾ ਵੀ ਲਿਆਉਣਾ ਦੇਖਦੇ ਕਦੋਂ ਟਾਈਮ ਲੱਗਦਾ ਅਤੇ ਆਪਾਂ ਇੱਧਰ ਤੜਕਾ ਲਾ ਲਈਏ ਦਾਲ ਨੂੰ ਪਿਆਜ਼ ਆਪਣਾ ਭੁੱਜਦਾ ਆ ਅਤੇ ਫਿਰ ਤੁਹਾਨੂੰ ਦਿਖਾਉਂਦੇ ਆ ਦਾਲ ਦੀ ਫਾਈਨਲੀ ਲੁੱਕ
लो जी तड़का अपना भुज गया है तो आप हम जो मसाले रेंगे वह ऐड करा। हल्दी अपना पहला पा दी सी इसलिए आप नहीं पा रहे, आप मसाला पावे गरम मसाला तो नाल आप देगी मिर्च पावे। मैं वैसे हरी मिर्च पाई हुई है, इधर मैं रोटी भी बना रही हूँ। थोड़ी जी जो हल्दी पानी है अपनी मर्जी है, वैसे पाती सी पहला तो हम ये वाले तड़के दे विच ते आपां पा देंगे अपनी दाल। दाल नूं ऐड करन तो बाद आपां थोड़ा जिहा सेक लवा लांगे। देखो बहुत वधिया आंदी है, फ्रैगनेंस भी बहुत वधिया आ रही है तो टेस्ट भी बहुत वधिया लग रही है, देखण नूं लग रही है कि बहुत ज़्यादा टेस्टी होगी। तो आप थोड़ा चिर सेक लवा के तो फिर आप गैस बंद कर देंगे तो फिर चलो जी आप रोटी बना लीए। इधर लो जी अपने घर की रौनक जा प्लेन आ गई है स्कूल तो हम बस पाऊगी रौला। अज थोड़ा जहा लेट हो गया, इन्होंने बाजार काम से थोड़ा जहा चपली लैके बाजार चल गए थे तो हम देखते हैं आके की कहती है। चपलीन आ गई लेके आई है चपलीन, नवा बैग लेके आ गई। पापा कद लेके दिता है बैग तो है जप को गंदा हो गया तो धो लेना सी आपां। ये सोहना है पिंक लेके दिता सी पहला भी तेनू वो वधिया नहीं सी। अच्छा बीरे ने कहना मेनू भी नवा लेके दो फिर उन्हें कहना चपली नु तुसी बैग ले दिता है नवा मेनू भी लेके दो फिर की कहेंगे आप गंदा है ओनू इदा कहना वो तो कोई नहीं उत्थे हो गए हमने टायर गंदे बहुत सोहना है किन्ने लैके दिता है पापा ने। तू की क्या पापा मैं बैग लेना चलो जी आप अज की वीडियो तो करते एंड चपली लगी है बहुत ज्यादा भुख तो जो वीडियो वधिया लगी तो प्लीज लाइक कर दिया करो, तुहाडे लाइक करन दे नाल सानू होर मोटीवेशन मिलती है कि साडी वीडियो वधिया है। तो कमेंट करके जरूर दस्सिया करो कि वीडियो किहो जी बनी है तो चैनल नू वध तों वध सबसक्राइब करियो तो तद तक लई सति श्री अकाल। बैग ले आया उन्हें होर नवा खर्चा करा के आई है एक बच्चा रोड़दा सीगा ना इदा एक कहंदी पापा एक कहंदी इहनू दिखा दे कहंदी पापा मैं भी इदा दा लेना रेड़न वाला मैं कहा चल ले ला। ये जेड़ी घर दी रौनक है ना बीरे ने आके लड़ना हुण ਉਹਨੇ ਕਹਿੰਦਾ ਮੈਨੂੰ ਵੀ ਲੈ ਕੇ ਦੋ ਕਹਿੰਦੀ ਤੁਸੀਂ ਕਹਿ ਦਿਓ ਗੰਦਾ ਆ ਚਲਾ।